ਤਿੰਨ ਪੇਟੀਆਂ ਜਿਹੜੀਆਂ ਚੱਕੀਆਂ ਜਿਹੜੀਆਂ ਚੁਕਾਈਆਂ ਨਾ ਤੈਨੂੰ ਮੈਂ ਦੱਸਦੇ ਹੁਣ ਤਿੰਨ ਪੇਟੀਆਂ ਜਿਹੜੀਆਂ ਚੱਕੀਆਂ ਕੀ ਕਹਿਣਾ ਚਾਹੋਗੇ ਲੋਕਡਾਊਨ ਦੌਰਾਨ ਲੋਕਾਂ ਨੂੰ ਨਹੀਂ ਮਿਲ ਰਹੀਆਂ ਦਵਾਈਆਂ ਪਰ ਸਰੇਆਮ ਧੜੱਲੇ ਨਾਲ ਵਿਕ ਰਹੀ ਹੈ ਸ਼ਰਾਬ ਤੇ ਸ਼ਰਾਬ ਦੇ ਠੇਕੇਦਾਰ ਕਾਲਾ ਬਾਜ਼ਾਰੀ ਕਰਕੇ ਵੇਚ ਰਹੇ ਨੇ ਸ਼ਰਾਬ ਦੀਆਂ ਪੇਟੀਆਂ। 7,000 ਦੀ ਪੇਟੀ ਵਿਕ ਰਹੀ ਹੈ 10,000 ਵਿੱਚ। ਦੇਖੋ ਜਦੋਂ ਸਾਡੀ ਮੀਡੀਆ ਟੀਮ ਨੇ ਕੀਤਾ ਮੋਗਾ ਵਿੱਚ ਸਟਿੰਗ ਆਪਰੇਸ਼ਨ ਤਾਂ ਸ਼ਰਾਬ ਮਾਫੀਆ ਦਾ ਕਿੱਦਾਂ ਹੋਇਆ ਪਰਦਾਫਾਸ਼। ਤਿੰਨ ਪੇਟੀਆਂ ਜਿਹੜੀਆਂ ਜਿਹੜੀਆਂ ਚੁਕਾਈਆਂ ਨਾ ਤੈਨੂੰ ਮੈਂ ਦੱਸਦੇ ਹੁਣ ਤਿੰਨ ਪੇਟੀਆਂ ਜਿਹੜੀਆਂ ਚੱਕੀਆਂ ਕੀ ਕਹਿਣਾ ਚਾਹੋਗੇ ਜੀ? ਹਾਂਜੀ ਬਾਈ ਜੀ, ਮੈਂ ਬੀਅਰ ਲੈਣ ਆਇਆ ਸੀਗਾ ਜੀ, ਕੋਈ ਝੂਠ ਨੀ ਐਚ। ਕੀ ਕਹਿੰਦੇ? ਇਹ ਬਾਈ ਜੀ, ਇਹ ਤਾਂ ਲੁੱਟ ਮਚਾਈ ਇਹਨਾਂ ਨੇ, ਜਿਹੜੀ 6,000-7,000 ਦੀ ਪੇਟੀ 10-10 ਰੁਪਏ ਚੁਕਾਉਂਦੇ ਆ, ਕਿਸੇ ਨੂੰ 4 ਚੁਕਾਉਂਦੇ, ਕਿਸੇ ਨੂੰ 3 ਚੁਕਾਉਂਦੇ ਆ। ਜਿਵੇਂ ਬੀਅਰ ਇੱਕ ਮੰਗੀ, ਜਿਹੜਾ ਗਰੀਬ ਬੰਦਾ ਚੱਲ ਜਾਏ ਇੱਕ ਆ ਕੇ ਬੀਅਰ ਮੰਗਦਾ, ਕਹਿੰਦੇ ਹੈ ਨੀ ਉਹ ਵੀ 600-400 ਦੀ ਲਾਉਂਦੇ ਇਹ, ਬੰਦਾ ਜਾਵੇ ਕਿੱਥੇ ਜੀ? ਕਿੰਨੇ ਦੀ ਲਾਈ ਹੋਈ ਆ ਇਹ ਬੀਅਰ? ਮੈਨੂੰ 400 ਕਹਿੰਦਾ, ਫਿਰ ਤੁਹਾਨੂੰ ਵੇਖ ਕੇ ਹੁਣ ਜੋ ਤੁਸੀਂ ਜੇ ਆ ਕੇ ਡਰਦਾ ਮਾਰਾ, ਕਹਿੰਦਾ ਮੈਂ ਵੇਚਣੀ ਨਹੀਂ, ਦੇਣੀ ਨਹੀਂ, ਸਾਡੇ ਕੋਲ ਹੈ ਹੀ ਨਹੀਂ। ਪਹਿਲਾਂ ਪੇਟੀਆਂ ਲੈ ਕੇ 10-10 ਦੀ ਪੇਟੀ ਲਾਈ, ਜਿਹੜੀ 6-7,000 ਦੀ ਪੇਟੀ ਆ ਜੀ। ਮੈਂ ਕਹਿੰਦਾ ਜੀ ਸ਼ਟਰ ਹਜੇ ਵੇਖ ਲਓ ਜੀ, ਲੋਕ ਲੱਗੀ ਨੀ ਸ਼ਟਰ ਤਾਂ, ਚੱਕੋ ਸ਼ਟਰ ਖੋਲ ਜਾਣੇ, ਆਹ ਵੇਖੋ ਸ਼ਟਰ ਕੋਈ ਲੱਗਿਆ ਨੀ, ਆਹ ਚੱਕਿਆ ਨਾ ਸ਼ਟਰ ਤਾਂ। ਤੁਸੀਂ ਕੀ ਮੰਗ ਕਰਦੇ ਆ ਵੀ, ਕੀ ਗੱਲਬਾਤ ਹੈ ਬਾਜੀ? ਜਾਂ ਤਾਂ ਜੇ ਸਰਕਾਰ ਨੇ ਖਿਲਾਉਣੇ ਤਾਂ ਚੰਗੀ ਤਰ੍ਹਾਂ ਖਿਲਾਵੇ, ਅਤੇ ਨਹੀਂ ਤਾਂ ਹਰ ਇੱਕ ਨੂੰ ਇੱਕ ਤਕੜੀ ਤੋਲਿਆ ਜਾਵੇ, ਜਾਂ ਬੰਦ ਕੀਤੇ ਨੇ ਜਮਾਂ ਹੀ, ਅਤੇ ਜਾਂ ਫਿਰ ਸਹੀ ਰੇਟ 'ਤੇ ਦਿੱਤੀ ਜਾਵੇ ਜੇ ਉਹਨਾਂ ਨੇ ਦੇਣੀ ਆ ਬਸ। ਗੁਰਬਾਣੀ ਖਾਨ ਬਾਣੀ ਵਾਸਤੇ ਮੋਗਾ ਤੋਂ ਜੋਗਿੰਦਰ ਸਿੰਘ ਗਿੱਲ ਦੀ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਅਤੇ ਪੰਜਾਬੀਅਤ ਨਾਲ ਜੁੜੀ ਹਰ ਗਤੀਵਿਧੀ, ਸੱਤਾ ਅਤੇ ਸਿਆਸਤ ਦੀ ਹਰ ਖਬਰ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਤੇ ਨੋਟੀਫਿਕੇਸ਼ਨ ਵਾਸਤੇ ਬੈਲ ਨੂੰ ਰਿੰਗ ਕਰੋ। ਬੰਦ ਕੀਤਾ ਪੁੱਤ ਤੇਰੀ ਵੀਡੀਓ ਪਹਿਲਾਂ ਬਣ ਗਈ। ਤਿੰਨ ਪੇਟੀਆਂ ਜਿਹੜੀਆਂ ਚੁਕਾਈਆਂ ਨਾ ਤੈਨੂੰ ਮੈਂ ਦੱਸਦੇ ਹੁਣ ਤਿੰਨ ਪੇਟੀਆਂ ਜਿਹੜੀਆਂ ਚੱਕੀਆਂ ਕੀ ਕਹਿਣਾ ਚਾਹੋਗੇ? ਹਾਂਜੀ ਬਾਈ ਜੀ, ਮੈਂ ਬੀਅਰ ਲੈਣ ਆਇਆ ਸੀਗਾ ਜੀ, ਕੋਈ ਝੂਠ ਨੀ ਐਚ। ਕੀ ਕਹਿੰਦੇ? ਇਹ ਬਾਈ ਜੀ, ਇਹ ਤਾਂ ਲੁੱਟ ਮਚਾਈ ਇਹਨਾਂ ਨੇ, ਜਿਹੜੀ 6,000-7,000 ਦੀ ਪੇਟੀ 10-10 ਰੁਪਏ ਚੁਕਾਉਂਦੇ ਆ, ਕਿਸੇ ਨੂੰ 4 ਚੁਕਾਉਂਦੇ, ਕਿਸੇ ਨੂੰ 3 ਚੁਕਾਉਂਦੇ ਆ। ਜਿਵੇਂ ਬੀਅਰ ਇੱਕ ਮੰਗੀ, ਜਿਹੜਾ ਗਰੀਬ ਬੰਦਾ ਚੱਲ ਜਾਏ ਇੱਕ ਆ ਕੇ ਬੀਅਰ ਮੰਗਦਾ, ਕਹਿੰਦੇ ਹੈ ਨੀ ਉਹ ਵੀ 600-400 ਦੀ ਲਾਉਂਦੇ ਇਹ, ਬੰਦਾ ਜਾਵੇ ਕਿੱਥੇ ਜੀ? ਕਿੰਨੇ ਦੀ ਲਾਈ ਹੋਈ ਆ ਇਹ ਬੀਅਰ? ਮੈਨੂੰ 400 ਕਹਿੰਦਾ, ਫਿਰ ਤੁਹਾਨੂੰ ਵੇਖ ਕੇ ਹੁਣ ਜੋ ਤੁਸੀਂ ਜੇ ਆ ਕੇ ਡਰਦਾ ਮਾਰਾ, ਕਹਿੰਦਾ ਮੈਂ ਵੇਚਣੀ ਨਹੀਂ, ਦੇਣੀ ਨਹੀਂ, ਸਾਡੇ ਕੋਲ ਹੈ ਹੀ ਨਹੀਂ। ਪਹਿਲਾਂ ਪੇਟੀਆਂ ਲੈ ਕੇ 10-10 ਦੀ ਪੇਟੀ ਲਾਈ, ਜਿਹੜੀ 6-7,000 ਦੀ ਪੇਟੀ ਆ ਜੀ।
ਮੈਂ ਕਹਿੰਦਾ ਜੀ ਸ਼ਟਰ ਹਜੇ ਵੇਖ ਲਓ ਜੀ, ਲੋਕ ਲੱਗੀ ਨੀ ਸ਼ਟਰ ਤਾਂ ਚੱਕੋ ਸ਼ਟਰ ਖੋਲ ਜਾਣੇ, ਆਹ ਵੇਖੋ ਸ਼ਟਰ ਕੋਈ ਲੱਗਿਆ ਨੀ, ਆਹ ਚੱਕਿਆ ਜਾਣਾ ਸ਼ਟਰ ਤਾਂ। ਤੁਸੀਂ ਕੀ ਮੰਗ ਕਰਦੇ ਆ ਵੀ ਕੀ ਗੱਲਬਾਤ ਹੈ ਬਾਜੀ? ਜਾਂ ਤਾਂ ਜੇ ਸਰਕਾਰ ਨੇ ਖਿਲਾਉਣੇ ਤਾਂ ਚੰਗੀ ਤਰ੍ਹਾਂ ਖਿਲਾਵੇ, ਤੇ ਨਹੀਂ ਤਾਂ ਹਰ ਇੱਕ ਨੂੰ ਇੱਕ ਤਕੜੀ ਤੋਲਿਆ ਜਾਵੇ, ਜਾਂ ਬੰਦ ਕੀਤੇ ਨੇ ਜਮਾਂ ਹੀ, ਤੇ ਜਾਂ ਫਿਰ ਸਹੀ ਰੇਟ ਤੇ ਦਿੱਤੀ ਜਾਵੇ ਜੇ ਇਹਨਾਂ ਨੇ ਦੇਣੀ ਹੈ ਬਸ।